ਭਾਰਤ ਦੇ ਵਿੱਚ ਅਸੀਂ ਜਦੋਂ ਵੀ ਕਦੇ ਇੰਟਰਟੇਨਮੈਂਟ ਦੀ ਗੱਲ ਕਰਦੇ ਹਾਂ ਜਾਂ ਮਨ ਪਰਚਾਵੇ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ ਬਹੁਤ ਸਾਰੇ ਸਾਧਨ ਹੁੰਦੇ ਨੇ, ਜਿਨ੍ਹਾਂ ਦੇ ਵਿੱਚ ਪੰਜਾਬ ਦੇ ਮੇਲੇ ਨੇ, ਸੱਭਿਆਚਾਰਕ ਮੇਲੇ ਨੇ, ਨੁੱਕੜ ਨਾਟਕ ਨੇ, ਜਾਂ ਹੋਰ ਬਹੁਤ ਸਾਰਾ ਸਮੱਗਰੀ ਹੈ ਜਿਹੜੀ ਸਾਡੇ ਕੋਲ ਲਿਟਰੇਚਰ ਦੇ ਰੂਪ ਦੇ ਵਿੱਚ ਮੌਜੂਦ ਹੈ। ਅਸੀਂ ਜਦੋਂ ਮਰਜ਼ੀ ਕਿਤਾਬਾਂ ਚੱਕ ਕੇ ਪੜ੍ਹ ਸਕਦੇ ਹਾਂ, ਜਿਸ ਤਰ੍ਹਾਂ ਦੀ ਮਰਜ਼ੀ ਕਿਤਾਬ ਪੜ੍ਹ ਸਕਦੇ ਹਾਂ, ਸਾਡੇ ਸਾਹਿਤ ਬਾਰੇ ਪੜ੍ਹ ਸਕਦੇ ਹਾਂ, ਆਪਣੇ ਕਲਚਰ ਬਾਰੇ ਜਾਣ ਸਕਦੇ ਹਾਂ, ਜਾਂ ਸਿੱਖ ਹਿਸਟਰੀ ਨੂੰ ਅਸੀਂ ਐਕਸਪਲੋਰ ਕਰ ਸਕਦੇ ਹਾਂ। ਬਟ ਜਦੋਂ ਤੁਸੀਂ ਵਿਦੇਸ਼ਾਂ ਦੇ ਵਿੱਚ ਜਾਂਦੇ ਹੋ ਤਾਂ ਇਹ ਜਿਹੜੇ ਵਸੀਲੇ ਨੇ ਇਹ ਥੋੜ੍ਹੇ ਲਿਮਿਟਡ ਹੋ ਜਾਂਦੇ ਨੇ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਅਵੇਲੇਬਲ ਨਹੀਂ ਹੁੰਦੀਆਂ ਤੁਹਾਡੇ ਕਲਚਰ ਨਾਲ ਜਾਂ ਤੁਹਾਡੇ ਧਰਮ ਨਾਲ ਰਿਲੇਟਡ ਜਾਂ ਤੁਹਾਡੇ ਸੱਭਿਆਚਾਰ ਨਾਲ ਰਿਲੇਟਡ ਜਿਹੜੀ ਸਮੱਗਰੀ ਹੈ ਤੁਹਾਨੂੰ ਪੂਰਨ ਰੂਪ ਦੇ ਵਿੱਚ ਨਹੀਂ ਮਿਲਦੀ। ਸੋ ਮੈਂ ਸਮਝਦਾ ਬਾਹਰ ਵਿਦੇਸ਼ਾਂ ਦੇ ਵਿੱਚ ਸੋਸ਼ਲ ਹੋਣ ਦਾ ਇੱਕੋ ਹੀ ਤਰੀਕਾ ਹੁੰਦਾ, ਉਹ ਹੁੰਦਾ ਗੁਰਦੁਆਰਾ ਸਾਹਿਬ। ਤੁਸੀਂ ਗੁਰਦੁਆਰਾ ਸਾਹਿਬ ਜਾਓ, ਉੱਥੇ ਸੰਗਤ ਨੂੰ ਮਿਲੋ, ਲੋਕਾਂ ਦੇ ਵਿੱਚ ਵਿਚਰੋ ਅਤੇ ਮਿਲੋ ਜੁਲੋ। ਪਰ ਪੰਜਾਬੀ ਨੇ ਜਿਹੜੇ ਉਹ ਕਹਿੰਦੇ ਆ ਵੀ ਜਿਸ ਤਰ੍ਹਾਂ ਕਹਾਵਤ ਹੈ ਵੀ ਲੋੜ ਕਾਢ ਦੀ ਮਾਂ ਹੁੰਦੀ ਹੈ, ਸੋ ਪੰਜਾਬੀਆਂ ਨੇ ਇੱਕ ਇਸੇ ਤਰ੍ਹਾਂ ਦਾ ਇੱਕ ਜਿਹੜਾ ਉਪਰਾਲਾ ਕੀਤਾ ਜਿਹਦੇ ਵਿੱਚ ਉਹਨਾਂ ਨੇ ਵੱਡੇ ਵੱਡੇ ਸ਼ੋਅ ਕਰਾਉਣ ਦਾ ਯਤਨ ਕੀਤਾ। ਸੋ ਜਿਹੜੇ ਲੋਕ ਸ਼ੋਅ ਕਰਾਉਂਦੇ ਆ ਉਹ ਅਰੇਂਜ ਕਰਦੇ ਆ, ਜਿਹਦੇ ਵਿੱਚੋਂ ਕਲਾਕਾਰਾਂ ਨੂੰ ਭਾਰਤ ਤੋਂ ਬੁਲਾਉਂਦੇ ਆ, ਉਹਨਾਂ ਨੂੰ ਪ੍ਰਮੋਟਰ ਦਾ ਨਾਂ ਦਿੱਤਾ ਗਿਆ। ਸੋ ਅਜਿਹੇ ਹੀ ਇੱਕ ਪ੍ਰਮੋਟਰ ਅੱਜ ਸਾਡੇ ਨਾਲ ਨੇ, ਜਿਨ੍ਹਾਂ ਦੇ ਨਾਲ ਅਸੀਂ ਉਸ ਵਿਧੀ ਨੂੰ ਜਾਣਾਂਗੇ ਕਿ ਕਿਸ ਆਧਾਰ ਦੇ ਉੱਤੇ, ਕਿਸ ਕਸਵੱਟੀ ਦੇ ਉੱਤੇ ਉਹ ਪਰਖ ਕੇ ਪੰਜਾਬੀ ਸਿੰਗਰਸ ਨੂੰ ਵਿਦੇਸ਼ਾਂ ਦੇ ਵਿੱਚ ਬੁਲਾਉਂਦੇ ਆ ਅਤੇ ਪੰਜਾਬੀ ਸੱਭਿਆਚਾਰ ਦੇ ਵਿੱਚ ਕਿਸ ਤਰ੍ਹਾਂ ਦਾ ਯੋਗਦਾਨ ਜਿਹੜਾ ਹੈਗਾ ਉਹ ਪਾਉਂਦੇ ਆ। ਸੋ ਸਾਡੇ ਨਾਲ ਮੌਜੂਦ ਨੇ ਅੱਜ ਲਾਡੀ ਬਾਜਵਾ ਜੀ। ਹਾਂਜੀ ਸ਼ੇਰਪੁਰ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਵਧੀਆ, ਤੁਸੀਂ ਸੁਣਾਓ? ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਵੀਰੇ। ਤੇ ਆਪਾਂ ਕਰੀਏ ਫਿਰ ਸਫ਼ਰ ਸ਼ੁਰੂ? ਚਲੋ ਜੀ, ਰੈਡੀ ਹੈ। ਚਲੋ ਜੀ, ਅਤੇ ਨਾਲੇ ਆਪਾਂ ਫਿਰ ਗੱਲਾਂ ਦਾ ਸਫ਼ਰ ਵੀ ਸ਼ੁਰੂ ਕਰਦੇ ਹਾਂ। ਹਾਂਜੀ ਹਾਂਜੀ। ਅੱਛਾ ਲਾਡੀ, ਜਿਸ ਤਰ੍ਹਾਂ ਮੈਂ ਦੱਸਿਆ ਵੀ ਸਾਡੇ ਕੋਲ ਜਿਸ ਤਰ੍ਹਾਂ ਹੋਰ ਸਾਧਨ ਨਹੀਂ ਹੁੰਦੇ ਅਤੇ ਇੰਟਰਟੇਨਮੈਂਟ ਲਈ ਫਿਰ ਸ਼ੋਅਜ਼ ਦਾ ਜਿਹੜਾ ਸਿਲਸਿਲਾ ਸ਼ੁਰੂ ਹੋਇਆ, ਕਲਾਕਾਰਾਂ ਦੀ ਜਿਹੜੀ ਚੋਣ ਆ ਉਹ ਕਿਸ ਤਰ੍ਹਾਂ ਕਰਦੇ ਹੋ? ਕਲਾਕਾਰਾਂ ਦੀ ਚੋਣ ਭਾਅ ਜੀ, ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਹੀ ਹੈ ਬਈ, ਯੂਟਿਊਬ ਹੋ ਗਿਆ, ਸੋਸ਼ਲ ਮੀਡੀਆ ਹੋ ਗਿਆ, ਜੋ ਵੀ ਕਲਾਕਾਰ ਦਾ ਕਿਸੇ ਦਾ ਕੋਈ ਨਵਾਂ ਪ੍ਰੋਜੈਕਟ ਆਉਂਦਾ ਆ, ਹਾਂਜੀ, ਉਹਨਾਂ ਦੇ ਗਾਣਿਆਂ ਤੋਂ, ਮੋਸਟਲੀ ਤਾਂ ਗਾਣਿਆਂ ਤੋਂ ਵੀ ਕਿਸ ਤਰ੍ਹਾਂ ਦੇ ਗਾਣੇ ਮਾਰਕੀਟ ਦੇ ਵਿੱਚ ਉਹ ਲੈ ਕੇ ਆਉਂਦਾ, ਅਤੇ ਜਿਹੜੇ ਕਿ ਆਪਣੇ ਕਲਚਰ ਨੂੰ ਆਪਣੇ ਪ੍ਰਮੋਟ ਕਰਦਾ ਆ, ਆਪਣੇ ਵਧੀਆ ਤਰੀਕੇ ਨਾਲ ਗਾਉਂਦਾ ਆ, ਇਹ ਉਹ ਦੁਨੀਆ ਦੀ ਪਬਲਿਕ ਦੀ ਡਿਮਾਂਡ ਦੇ ਹੀ, ਜਿਹੜੇ ਸਾਨੂੰ ਇਹ ਵੀ ਡਿਮਾਂਡ ਵੀ ਵੇਖਣੀ ਪੈਂਦੀ ਅਤੇ ਇਹ ਵੀ ਵੇਖਣਾ ਪੈਂਦਾ ਵੀ ਕਲਾਕਾਰ ਦੀ ਵਾਕਿਆ ਕੋਈ ਚੰਗਾ ਗਾਇਆ, ਸੁਣਯੋਗ ਹੈ, ਜਿਹੜਾ ਸਮਾਜ ਨੂੰ ਸਹੀ ਦਿੰਦਾ ਪਿਆ, ਇਹ ਸਾਰੀਆਂ ਚੀਜ਼ਾਂ ਨਜ਼ਰਦਾ ਕਰਕੇ ਅਤੇ ਫਿਰ ਆਪਾਂ ਡਿਸਾਈਡ ਕਰੀਦਾ ਆ ਵੀ ਇਹ ਠੀਕ ਹੈ ਵੀ ਸਾਨੂੰ ਇਸ ਕਲਾਕਾਰ ਨੂੰ ਪ੍ਰਮੋਟ ਕਰਨਾ ਚਾਹੀਦਾ। ਓਕੇ, ਅੱਛਾ, ਦੂਸਰਾ ਇੱਕ ਸਾਨੂੰ ਇਹ ਦੱਸੋ ਵੀ ਜਦੋਂ ਤੁਸੀਂ ਕਲਾਕਾਰਾਂ ਦੀ ਜਿਹੜੀ ਉੱਥੇ ਚੋਣ ਕਰਦੇ ਹੋ ਅਤੇ ਉਸ ਤੋਂ ਬਾਅਦ ਇਹਦੇ ਵਿੱਚ ਇਹ ਵੀ ਹੁੰਦਾ ਵੀ ਕੋਈ ਲੋਕ ਫੀਮੇਲ ਸਿੰਗਰ ਨੂੰ ਜ਼ਿਆਦਾ ਪਸੰਦ ਕਰਦੇ ਆ ਜਾਂ ਮੇਲ ਸਿੰਗਰ ਨੂੰ ਜ਼ਿਆਦਾ ਪਸੰਦ ਕਰਦੇ ਆ, ਜਾਂ ਫਿਰ ਦੁਕਾਨਾ ਗਾਇਕੀ ਨੂੰ ਲੈ ਕੇ ਆਉਣ ਦੀ ਕੁਝ ਫਰਮਾਇਸ਼ ਜ਼ਿਆਦਾ ਹੁੰਦੀ ਹੈ, ਕੁਛ ਇਸ ਤਰ੍ਹਾਂ ਦਾ ਵੀ ਹੁੰਦਾ? ਹਾਂ, ਇਹ ਤਾਂ ਹੈ ਹੀ ਹੈ, ਦੇਖੋ ਆਡੀਅੰਸ ਤਾਂ ਹਰੇਕ ਤਰ੍ਹਾਂ ਦੀ ਹੈ ਜੀ, ਕੁਛ ਲਾਈਕ ਕਰਦੇ ਇਕੱਲੇ ਜੈਂਟਸ ਨੂੰ, ਕੁਛ ਫੀਮੇਲ ਨੂੰ, ਕੁਛ ਦੁਕਾਨਿਆਂ ਨੂੰ, ਪਰ ਸਾਡਾ ਜਿਹੜਾ ਆਪਣਾ ਤਰੀਕਾ ਆ, ਆਪਣਾ ਕੰਮ ਕਰਨ ਦਾ, ਅਸੀਂ ਚਾਹੁੰਦੇ ਹਾਂ ਕਿ ਦੋਨੇ ਹੀ ਆਰਟਿਸਟ ਮੇਲ ਔਰ ਫੀਮੇਲ ਦੋਨੇ ਹੋਣ, ਦੋਨੇ ਹੁਣ ਇੱਕ ਪਰਿਵਾਰਕ ਜਿਹਾ ਸ਼ੋਅ ਲੱਗਦਾ ਹੈ, ਮਤਲਬ ਕਿ ਫਿਰ ਹਰੇਕ ਬੰਦਾ ਲਾਈਕ ਕਰਦਾ ਹੈ। ਓਕੇ, ਇਸ ਕਰਕੇ ਫਿਰ ਆਪਾਂ ਤਾਂ ਦੋਨਾਂ ਨੂੰ ਹੀ ਪੇਸ਼ ਕਰੀਦਾ, ਲੈ ਕੇ ਆਈਦਾ। ਜਿਹੜੀ ਜਵਾਨ ਹੋ ਰਹੀ ਪੀੜ੍ਹੀ ਹੈ, ਜਵਾਨ ਹੋਈ ਪੀੜ੍ਹੀ ਨੂੰ ਨਾਲ ਜੋੜਨ ਦੇ ਲਈ, ਕਿਉਂਕਿ ਜਿਹੜੇ ਇੱਥੇ ਬੱਚੇ ਪੈਦਾ ਹੋਏ ਆ, ਬਹੁਤ ਸਾਰੇ ਪੇਰੈਂਟਸ ਨਾ ਤਾਂ ਇੰਨਾ ਉਪਰਾਲਾ ਕਰ ਪਾਉਂਦੇ ਆ ਅਤੇ ਨਾ ਹੀ ਉਹਨਾਂ ਕੋਲ, ਕਿਉਂਕਿ ਜਿਹੜੀ
ਇੱਥੇ ਪੈਸੇ ਦੀ ਦੌੜ ਹੈ। ਮੈਂ ਪੈਸੇ ਦੀ ਦੌੜ ਵੀ ਨਹੀਂ ਕਹੂੰਗਾ ਕਿਉਂਕਿ ਉਹ ਗੁਜ਼ਾਰਾ ਕਰਨ ਦੀ ਜਿਹੜੀ ਇੱਕ ਸਾਨੂੰ ਜ਼ਰੂਰਤ ਹੈ। ਹਾਂਜੀ ਹਾਂਜੀ, ਸਾਨੂੰ ਉਹਦੇ ਲਈ ਮਿਹਨਤ ਬਹੁਤ ਕਰ ਹੱਥ ਤੋੜ ਵੀ ਮਿਹਨਤ ਕਰਨੀ ਪੈਂਦੀ ਹੈ। ਸੋ ਇਸ ਕਰਕੇ ਬਹੁਤ ਸਾਰੇ ਪੇਰੈਂਟਸ ਦਾ ਆਪਾਂ ਇਹਦੇ ਵਿੱਚ ਕਸੂਰ ਵੀ ਨਹੀਂ ਸਮਝਦੇ ਵੀ ਉਹ ਬੱਚਿਆਂ ਨੂੰ ਟਾਈਮ ਨਹੀਂ ਦੇ ਪਾਉਂਦੇ। ਹਾਂਜੀ ਹਾਂਜੀ, ਸੋ ਇਸ ਕਰਕੇ ਉਹਨਾਂ ਨੂੰ ਪੰਜਾਬੀ ਵੀ ਨਹੀਂ ਸਿਖਾ ਪਾਉਂਦੇ। ਜਦੋਂ ਪੰਜਾਬੀ ਵਗੈਰਾ ਉਹਨਾਂ ਨੂੰ ਨਹੀਂ ਆਉਂਦੀ ਤਾਂ ਫਿਰ ਬਟ ਉਹਨਾਂ ਨੂੰ ਇੰਡੀਅਨ ਮਿਊਜ਼ਿਕ ਹੈ ਜਿਹੜਾ, ਮੈਂ ਸਮਝਦਾ ਵੀ ਦੁਨੀਆ 'ਚ ਕੋਈ ਐਸਾ ਵਿਅਕਤੀ ਨਹੀਂ ਆ ਜਿਹਨੂੰ ਨਹੀਂ ਪਸੰਦ ਹੈਗਾ। ਸੋ ਕੁਦਰਤੀ ਗੱਲ ਹੈ ਜਿਹੜੀ ਉਹ ਆਪਣੇ ਕਲਚਰ ਜਾਂ ਆਪਣੇ ਖੂਨ ਦੇ ਵਿੱਚ ਜਿਹੜੀ ਉਹ ਚੀਜ਼ ਹੈਗੀ ਹੈ ਵੀ ਸਾਨੂੰ ਉਸਦੇ ਵੱਲ ਖਿੱਚ ਤਾਂ ਨੈਚੁਰਲੀ ਰਹੂਗੀ। ਹਾਂਜੀ ਹਾਂਜੀ, ਉਹਨਾਂ ਨੂੰ ਨਾਲ ਜੋੜਨ ਲਈ ਮਤਲਬ ਕੋਈ ਹੁੰਦੀ ਹੈ ਵੀ ਡਿਮਾਂਡ ਵੀ ਹਾਂਜੀ ਇਸ ਤਰ੍ਹਾਂ ਦੇ ਕਲਾਕਾਰ ਆਉਣ? ਉਹਨਾਂ ਨੂੰ ਜੋੜਨ ਦੇ ਲਈ ਹਾਂਜੀ ਹੁੰਦੀ ਹੈ ਜੀ, ਉਹ ਕਰੀਦਾ ਵੀ ਹੈ ਵੱਧ ਤੋਂ ਵੱਧ। ਅਸੀਂ ਤਾਂ ਦੇਖੋ ਜਿਹੜਾ ਮੈਂ ਕੰਮ ਕਰਨ ਦਾ ਤਰੀਕਾ ਜਿਉਂ ਦਾ ਮੈਂ ਕੰਮ ਕਰਦਾ ਪਿਆ, ਤਕਰੀਬਨ ਆਪਣੇ ਟਾਊਨ ਦੇ ਵਿੱਚ ਜਰਸੀ 'ਚ ਰਹਿੰਦਾ ਮੈਂ, ਜਰਸੀ 'ਚ। ਹਾਂਜੀ ਹਾਂਜੀ, ਅਤੇ ਮੈਂ ਹਰ ਸਾਲ ਹੀ ਤਕਰੀਬਨ ਫ੍ਰੀ ਮੇਲਾ ਕਰਾਈਦਾ ਆਪਣੇ ਕਲਚਰ ਨੂੰ ਪ੍ਰਮੋਟ ਕਰਨ ਲਈ, ਆਪਣੇ ਬੱਚਿਆਂ ਨੂੰ ਇਸ ਕਲਚਰ ਲਈ ਜੋੜਨ ਲਈ, ਤਾਂ ਜੋ ਹਰੇਕ ਬੰਦਾ, ਕਿਉਂਕਿ ਫਾਈਨੈਂਸ਼ੀਅਲ ਕਈ ਵਾਰ ਪਰਿਵਾਰ ਦੇ ਵਿੱਚੋਂ ਹਰੇਕ ਬੱਚਿਆਂ ਨੂੰ ਨਾਲ ਲੈ ਕੇ ਉਹਦਾ ਅਫੋਰਡ ਨਹੀਂ ਕਰ ਸਕਦਾ ਟਿਕਟਾਂ ਜੀ। ਅਤੇ ਇਸ ਕਰਕੇ ਅਸੀਂ ਇਹ ਚਾਹੁੰਦੇ ਹਾਂ ਵੀ ਵੱਧ ਤੋਂ ਵੱਧ ਜਿਹੜੀਆਂ ਸਾਰੀਆਂ ਫੈਮਲੀਆਂ ਆਪਣੇ ਬੱਚੇ ਸਾਰੇ ਇਸ ਕਲਚਰ ਨਾਲ ਜੁੜਨ, ਆਪਣੇ ਕਲਚਰ ਨੂੰ ਨਾ ਭੁੱਲਣ ਅਤੇ ਆਪਣੇ ਕਲਚਰ ਨੂੰ ਕਲਚਰ ਦੇ ਵਿੱਚ ਹੀ ਰਹਿ ਕੇ ਆਪਣਾ ਇੰਜੋਏ ਕਰਨ। ਅਤੇ ਇਸ ਕਰਕੇ ਅਸੀਂ ਫ੍ਰੀ ਮੇਲੇ ਕਰੀਦੇ ਆ, ਅਤੇ ਬਾਕੀ ਫ੍ਰੀ ਮੇਲੇ ਆਪਣੇ ਜਿੰਨੇ ਵੀ ਸਪੋਂਸਰ ਹੈ ਅਤੇ ਲੋਕਲ ਉਹਨਾਂ ਦੀ ਸਪੋਰਟ ਦੇ ਅਸੀਂ ਕਰੀਦੇ ਹਾਂ, ਅਤੇ ਲੋਕਾਂ ਨਾਲ ਆਪਣੀ ਕਮਿਊਨਿਟੀ ਲਈ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰੀਦੀ ਆ ਵੀ ਆਪਣੇ ਹਰੇਕ ਬੰਦਾ ਇਸ ਆਪਣੇ ਕਲਚਰ ਨੂੰ ਵੇਖੇ ਅਪਣਾਏ। ਇੱਕ ਜਿਹੜੀ ਇੰਟਰਸਟਿੰਗ ਚੀਜ਼ ਇਸ ਦੇ ਨਾਲ ਜੁੜਦੀ ਹੈ, ਇਸ ਪ੍ਰੋਫੈਸ਼ਨ ਦੇ ਨਾਲ ਜੁੜੀ ਹੈ, ਉਹ ਕਬੂਤਰਬਾਜ਼ੀ ਦਾ ਬੜਾ ਚੱਕਰ ਹੈ ਵੀ ਕਬੂਤਰਬਾਜ਼ੀ ਬੜੀ ਕਿਸੇ ਟਾਈਮ ਦੇ ਵਿੱਚ ਹੁੰਦੀ ਵੀ ਰਹੀ ਹੈ ਔਰ ਮੈਂ ਸਮਝਦਾ ਵੀ ਕਿਤੇ ਨਾ ਕਿਤੇ ਸ਼ਾਇਦ ਅੱਜ ਵੀ ਹੁੰਦੀ ਹੋਊਗੀ। ਉਹਦੇ ਲਈ ਕੌਣ ਜ਼ਿੰਮੇਵਾਰ ਹੁੰਦਾ? ਬੇਸਿਕਲੀ ਕਲਾਕਾਰ ਜ਼ਿੰਮੇਵਾਰ ਹੁੰਦੇ ਆ ਜਾਂ ਫਿਰ ਪ੍ਰਮੋਟਰ, ਕਿੱਥੇ ਕਸੂਰ ਹੁੰਦਾ ਉਹ? ਦੇਖੋ ਅੱਜ ਦੀ ਡੇਟ 'ਚ ਤਾਂ ਕਬੂਤਰਬਾਜ਼ੀ ਦੀ ਨਹੀਂ, ਮੈਂ ਤਾਂ ਨਹੀਂ ਮੰਨਦਾ ਵੀ ਹੁੰਦੀ ਹੋਏਗੀ। ਹੁਣ ਸ਼ੇਰਗੁਰ ਸਾਹਿਬ ਪਿਛਲੇ 10 ਸਾਲ ਤੋਂ, ਹਾਂਜੀ, ਅਤੇ ਈਵਨ ਹੁਣ ਕਲਾਕਾਰ ਨੂੰ ਵੀਜ਼ਾ ਮਿਲਣਾ ਬੜਾ ਔਖਾ ਹੋਇਆ, ਤੁਹਾਨੂੰ ਪਤਾ ਵੀ ਅਸੀਂ ਕਈ ਵਾਰ ਗਰੁੱਪ ਰਿਫਿਊਜ਼ ਹੋਏ ਨਹੀਂ, ਉਹਨੂੰ ਅਮੈਰੀਕਾ ਦਾ ਸਿਰਫ ਵੀਜ਼ਾ ਰਿਫਿਊਜ਼ ਹੁੰਦਾ ਜਾਂ ਮਤਲਬ ਪਰ ਦੂਸਰੇ ਕੰਟਰੀਆਂ ਵਿੱਚ ਚੱਲਦੀ ਪਈ ਆ। ਹਾਂਜੀ, ਕਿਉਂਕਿ ਦੂਸਰੇ ਜਿਵੇਂ ਕਨੇਡਾ ਅਤੇ ਆਸਟ੍ਰੇਲੀਆ, ਇਹਨਾਂ ਵਿੱਚ ਤੁਹਾਡੀ ਇੰਟਰਵਿਊ ਨਹੀਂ ਹੁੰਦੀ ਆਰਟਿਸਟ ਦੀ। ਓਕੇ, ਅਤੇ ਇਹਦੇ ਵਿੱਚ ਫਿਰ ਕਈ ਵਾਰ ਕਰ ਜਾਂਦੇ ਆ ਲੋਕ ਵੀ ਆਪਣੇ ਬਾਹਰੋਂ। ਨਹੀਂ, ਤੁਸੀਂ ਜਿਸ ਤਰ੍ਹਾਂ ਕਲਾਕਾਰ ਬੁਲਾਉਂਦੇ ਹੋ, ਯੂ ਆਰ ਦਾ ਰਿਸਪੋਂਸੀਬਲ ਪਰਸਨ ਫਾਰ ਦੈਮ, ਰਾਈਟ? ਅਗਰ ਉਹ ਕੁਝ ਵੀ ਕਰਦੇ ਆ, ਹਾਂਜੀ, ਤਾਂ ਫਿਰ ਉਹਦੇ ਤੇ ਤੁਹਾਡੇ ਤੇ ਕੋਈ ਐਕਸ਼ਨ ਨਹੀਂ ਆਉਂਦਾ? ਨਹੀਂ ਆਉਂਦਾ, ਐਕਸ਼ਨ ਆਉਂਦਾ ਜੀ, ਆਉਂਦਾ ਕਿਉਂ ਨਹੀਂ, ਕਲਾਕਾਰ ਦੇ ਤੁਹਾਡੀ ਕੰਪਨੀ ਦੇ ਆਉਂਦਾ ਜਾਂ ਕੰਪਨੀ ਤੁਹਾਡੀ ਬਲੈਕਲਿਸਟਡ ਹੋ ਜਾਂਦੀ ਹੈ, ਫਿਰ ਤੁਹਾਨੂੰ ਅੱਗੇ ਨੂੰ ਕਿਸੇ ਕਲਾਕਾਰ ਨੂੰ ਵੀਜ਼ਾ ਨਹੀਂ। ਹਾਂ, ਅੱਗੇ ਤੋਂ ਤੁਸੀਂ ਕੰਮ ਨਹੀਂ ਕਰ ਸਕਦੇ। ਓਕੇ, ਸੋ ਇਸ ਕਰਕੇ ਤੁਸੀਂ ਮੇਕ ਸ਼ੋਰ ਕਰਦੇ ਹੋ ਵੀ ਕੋਈ ਇਸ ਤਰ੍ਹਾਂ ਦੀ ਜਿਹੜੀ ਗੱਲ ਹੈ, ਗਲਤ ਬੰਦਾ ਨਹੀਂ ਪਾ ਸਕਦੇ ਵਿੱਚ ਕੋਈ। ਓਕੇ, ਅਤੇ ਇੱਕ ਜਿਹੜੀ ਗੀਤਕਾਰਾਂ ਦੀ ਗੱਲ ਹੈ, ਰਾਈਟ? ਹਾਂਜੀ, ਵੀ ਤੁਸੀਂ ਪੰਜਾਬੀ ਕਲਾਕਾਰਾਂ ਨੂੰ ਪ੍ਰਮੋਟ ਕਰਦੇ ਹੋ, ਕੀ ਗੀਤਕਾਰਾਂ ਨੂੰ ਵੀ ਪ੍ਰਮੋਟ ਕਰਦੇ ਹੋ? ਗੀਤਕਾਰਾਂ ਨੂੰ ਸ਼ੇਰਪੁਰ ਸਾਹਿਬ ਹਜੇ ਮੇਰਾ ਵਾਹ ਤਾਂ ਨਹੀਂ ਪਿਆ, ਮਤਲਬ ਕਿ ਇੱਕ ਦੋ ਬੰਦੇ ਹੈਗੇ ਨੇ ਜਿਨ੍ਹਾਂ ਨਾਲ ਆਪਣਾ ਵਾਹ ਪਿਆ ਹੈ, ਪਰ ਜੇ ਕੋਈ ਸਾਡੇ ਕੋਲ ਆਉਂਦਾ ਆ ਜਾਂ ਵੀ ਗੀਤਕਾਰ ਚੰਗਾ ਜਿਹੜਾ ਲਿਖਦਾ ਆ, ਉਹਦੀ ਪੂਰੀ ਸਪੋਰਟ ਕਰੀਦੀ ਆ, ਫਾਈਨੈਂਸ਼ੀਅਲ ਵੀ ਕਰੀਦੀ ਆ, ਅਤੇ ਜਿਸ ਤਰ੍ਹਾਂ ਦੀ ਵੀ ਉਹਨੂੰ ਲੋੜ ਹੈ ਅਸੀਂ ਪ੍ਰਮੋਟ ਕਰਨ ਨੂੰ ਤਿਆਰ ਹਾਂ। ਸ਼ੋਅ ਦੀਆਂ ਜਿਹੜੀਆਂ ਟਿਕਟਾਂ ਹੁੰਦੀਆਂ ਨੇ, ਸ਼ੋਅ ਦੀਆਂ ਟਿਕਟਾਂ ਆਮ ਤੌਰ 'ਤੇ $35 ਤੋਂ ਸ਼ੁਰੂ ਹੁੰਦੀਆਂ ਮੇਰੇ ਖਿਆਲ, $30-35 ਤੋਂ, ਰਾਈਟ? ਹਾਂਜੀ, ਉੱਪਰ ਕਈ ਵਾਰੀ $100 ਤੱਕ, ਕਿਉਂਕਿ ਗੁਰਦਾਸ ਮਾਨ ਸਾਹਿਬ ਦਾ ਮੇਰਾ ਖਿਆਲ ਜਿਹੜਾ ਸ਼ੋਅ ਆ ਕਾਫੀ ਉੱਪਰ ਤੱਕ ਜਾਂਦਾ। ਹਾਂਜੀ ਹਾਂਜੀ, ਉਹ ਤਾਂ ਠੀਕ ਹੈ ਵੀ ਤੁਸੀਂ ਮੇਲੇ ਕਰਵਾਉਂਦੇ ਹੋ, ਹਾਂਜੀ, ਇਹ ਬੜੀ ਚੰਗੀ ਗੱਲ ਹੈ, ਬੜਾ ਅੱਛੀ ਸੋਚ ਆ, ਪਰ ਜਿਹੜੇ ਲੋਕ ਟਿਕਟਾਂ ਲੈ ਕੇ ਸ਼ੋਅ ਦੇਖਣ ਜਾਂਦੇ ਆ, ਹਾਂਜੀ,
ਤੁਹਾਨੂੰ ਕੀ ਲੱਗਦਾ ਵੀ ਟਿਕਟ ਜਿਹੜੀ ਹੈ ਇੱਕ ਰੀਜਨੇਬਲ ਪ੍ਰਾਈਸ 'ਤੇ ਨਹੀਂ ਹੋਣੀ ਚਾਹੀਦੀ, ਕਿਉਂਕਿ $100-$150 ਦੀਆਂ ਟਿਕਟਾਂ ਜਿਹੜੀਆਂ ਬਾਏ ਕਰਨੀਆਂ ਬਹੁਤ ਜ਼ਿਆਦਾ ਔਖੀਆਂ ਹੋ ਜਾਂਦੀਆਂ, ਹਰ ਇੱਕ ਬੰਦਾ ਨਹੀਂ ਬਾਏ ਕਰ ਸਕਦਾ। ਹਰ ਇੱਕ ਜਿਹੜੀ $100 ਟਿਕਟ ਹੈ ਨਾ, ਉਹ ਤੋਂ ਬੰਦਾ ਵੀ ਵੀ ਆਈ ਪੀ ਲੈਂਦੇ ਨੇ ਜਿਹਨਾਂ ਕੋਲ ਪੈਸੇ ਨਹੀਂ, ਸਭਿਆਚਾਰ ਦੀ ਸੇਵਾ ਕਿੱਥੋਂ ਕਰੋਗੇ, ਇੱਕ ਵਾਰੀ ਕਰ ਲੋਗੇ ਬਾਰ ਬਾਰ ਤੇ ਨਹੀਂ ਨਾ ਕਰ ਸਕਦੇ। ਇਸ ਕਰਕੇ ਸਾਰਾ ਕੁਝ ਬੈਲੈਂਸ ਰੱਖ ਕੇ ਹੀ ਉਹ ਪ੍ਰਮੋਟਰ ਨੂੰ ਕਰਨਾ ਪੈਂਦਾ ਸਭ ਕੁਛ, ਜਿਹੜੇ 100-100 ਦੇਣ ਵਾਲੇ, ਕਈ 500-500 ਦੇਣ ਵਾਲੇ ਵੀ ਉਹ ਪ੍ਰਵਾਹ ਨਹੀਂ ਕਰਦੇ, ਅਤੇ ਇਸੇ ਕਰਕੇ ਟਿਕਟ ਦਾ ਬੈਲੈਂਸ ਰੱਖਿਆ ਹੁੰਦਾ ਵੀ ਜਿਹੜਾ ਥੋੜ੍ਹਾ ਹੈ ਉਹ ਥੋੜ੍ਹੀ ਟਿਕਟ ਦੇ ਕੇ ਥੋੜ੍ਹੇ ਪੈਸੇ ਦੇਖ ਕੇ ਵੀ ਆਪਣਾ ਇੰਜੋਏ ਕਰ ਸਕਦਾ। ਅੱਛਾ, ਇੱਕ ਪੰਜਾਬੀ ਜਿੰਨੇ ਵੀ ਪ੍ਰੋਗਰਾਮ ਹੁੰਦੇ ਆ ਉੱਥੇ ਤਾਂ ਚਲੋ ਮਸ਼ਹੂਰ ਹੈ ਸਾਡੇ ਵੀ, ਜਿੰਨੀ ਦੇਰ ਵਿਆਹ 'ਚ ਰੌਲਾ ਨਾ ਪਵੇ ਉਹਨੂੰ ਕਾਮਯਾਬ ਵਿਆਹ ਨਹੀਂ ਮੰਨਦੇ। ਹਾਂਜੀ ਹਾਂਜੀ, ਇਸ 'ਚ ਕਿਉਂਕਿ ਮੈਂ ਸ਼ੋਅਜ਼ ਦੇ ਵਿੱਚ ਨਹੀਂ ਆਉਂਦਾ, ਸੋ ਇਸ ਕਰਕੇ ਮੈਨੂੰ ਇੰਨਾ ਨਹੀਂ ਪਤਾ ਕਿ, ਲੇਕਿਨ ਕੀ ਇੱਥੇ ਸ਼ੋਅਜ਼ ਦੇ ਵਿੱਚ ਵੀ ਇਸ ਤਰ੍ਹਾਂ ਹੁੰਦਾ? ਕਿਸ ਤਰ੍ਹਾਂ ਮਤਲਬ ਵੀ ਰੌਲੇਬਾਜ਼ੀ, ਸ਼ਰਾਬ, ਸ਼ਰਾਬੀ ਬੰਦੇ ਆ ਜਾਣ? ਨਹੀਂ ਨਹੀਂ, ਪਰ ਇੱਥੇ ਰੌਲਾ ਪੈਣ ਨਹੀਂ ਦਿੰਦੇ, ਕਿਉਂਕਿ ਇੱਥੇ ਇੱਕ ਫੈਮਿਲੀ ਫੰਕਸ਼ਨ ਹੀ ਹੁੰਦਾ ਹੈ ਅਤੇ ਇਸ ਕਰਕੇ ਪੂਰੀ ਸਿਕਿਉਰਿਟੀ ਹੁੰਦੀ ਆ। ਪਰ ਜਿਹੜੇ ਕਰਦੇ ਦੇਖੋ ਆਪਣੀ ਵਿੱਚ ਬੰਦੇ ਹੁੰਦੇ ਦੇ ਹੈ ਹੀ ਆ, ਜਿਹੜੇ ਨੇ ਉਹ ਮੇਲਾ ਵੀ ਉਹ ਵੇਖਣ ਨਹੀਂ ਹੁੰਦੇ ਸ਼ੋਅ, ਉਹਨਾਂ ਦਾ ਇੱਕ ਪਰਪਜ਼ ਹੁੰਦਾ ਵੀ ਅਸੀਂ ਇੱਥੇ ਖਰਾਬੀ ਕਰਨੀ ਹੈ, ਉਹ ਸ਼ੋਅ ਵੇਖਣੇ ਹੁੰਦੇ। ਪਰ ਉਹਨਾਂ ਲਈ ਅਸੀਂ ਪਹਿਲਾਂ ਪ੍ਰਪੇਅਰ ਹੁੰਦੇ ਹਾਂ, ਅਸੀਂ ਕੀਤਾ ਹੁੰਦਾ ਅਰੇਂਜਮੈਂਟ ਜਦੋਂ ਮਾੜਾ ਜਿਹਾ ਕਰਦੇ ਆ, ਚਲੋ ਜੀ ਨਾਲ ਹੀ ਬਾਹਰ। ਓਕੇ, ਹਾਂ ਰੌਲਾ ਨਹੀਂ ਪੈਣ ਦੇਈਦਾ, ਠੀਕ ਹੀ ਰਹਿੰਦਾ ਹੈਗਾ। ਅੱਛਾ, ਕੀ ਜਿਸ ਤਰ੍ਹਾਂ ਉੱਭਰ ਰਹੇ ਜਿਹੜੇ ਕਲਾਕਾਰ ਨੇ, ਹਾਂਜੀ ਰਾਈਟ, ਹਾਂਜੀ ਭਾਰਤ ਦੇ ਵਿੱਚ ਨੇ ਚਾਹੇ ਉਹ ਵਿਦੇਸ਼ਾਂ ਦੇ ਵਿੱਚ ਨੇ, ਸਾਡੇ ਅਮਰੀਕਾ ਦੇ ਵਿੱਚ ਵੀ ਬਹੁਤ ਸਾਰੇ ਕਲਾਕਾਰ ਐਸੇ ਨੇ ਜਿਨ੍ਹਾਂ ਦੀ ਆਵਾਜ਼ ਬੜੀ ਅੱਛੀ ਹੈ, ਜਿਨ੍ਹਾਂ ਨੂੰ ਕੋਈ ਪਲੇਟਫਾਰਮ ਨਹੀਂ ਮਿਲਿਆ, ਰਾਈਟ, ਉਹਨਾਂ ਲੋਕਾਂ ਬਾਰੇ ਤੁਸੀਂ ਕੀ ਕਰ ਰਹੇ ਹੋ, ਕਿ ਉਹਨਾਂ ਨੂੰ ਵੀ ਪ੍ਰਮੋਟ ਕਰਦੇ ਹੋ ਨਵੇਂ ਕਲਾਕਾਰਾਂ ਨੂੰ? ਜ਼ਰੂਰ ਕਰਦੇ ਹਾਂ ਜੀ, ਨਵਾਂ ਕਲਾਕਾਰ ਕੋਈ ਵੀ ਹੈ ਜਿਹਦੇ ਵਿੱਚ ਟੈਲੈਂਟ ਹੈ ਗਾਉਣ ਦਾ, ਇਹਦੀ ਆਵਾਜ਼ ਅੱਛੀ ਹੈ, ਚੰਗਾ ਗਾਉਂਦਾ ਹੈ, ਚੰਗੇ ਗੀਤ ਗਾਉਂਦਾ, ਇਹ ਨਹੀਂ ਵੀ ਜਿਸ ਤਰ੍ਹਾਂ ਦੇ ਮਰਜ਼ੀ ਗਾਈ ਜਾਏ, ਰਾਈਟ ਰਾਈਟ, ਚੰਗੇ ਗੀਤ ਗਾਉਂਦਾ ਅਸੀਂ ਪ੍ਰਮੋਟ ਕਰਦੇ ਹਾਂ ਭਾਜੀ, ਜਿਹੜਾ ਵੀ ਕੋਈ ਸਾਡੇ ਕੋਲ ਆਉਂਦਾ ਅਸੀਂ ਉਹਨੂੰ ਜ਼ਰੂਰ ਮੌਕਾ ਵੀ ਦੇਈਦਾ। ਇਸ ਆਪਣੇ ਤੁਹਾਡੇ ਕੋਲ ਆਉਣ ਤੱਕ ਦੀ ਤਾਂ ਜਿਹੜੀ ਸਿਚੁਏਸ਼ਨ ਆ ਉਹ ਤਾਂ ਬਹੁਤ ਦੂਰ ਦੀ ਆ, ਕਿਉਂਕਿ ਜਿਹੜਾ ਬੰਦਾ ਭਾਰਤ ਦੇ ਵਿੱਚ ਪੰਜਾਬ 'ਚ ਬੈਠਾ ਗਰੀਬ ਹੈ, ਉਹਨੂੰ ਤਾਂ ਵਿਚਾਰੇ ਨੂੰ ਇਹ ਵੀ ਨਹੀਂ ਪਤਾ ਵੀ ਪ੍ਰਮੋਟਰ ਨਾਂ ਦੀ ਵੀ ਕੋਈ ਚੀਜ਼ ਹੁੰਦੀ ਹੈ। ਉਹ ਤਾਂ ਫਿਰ ਜੇ ਆਪਾਂ ਨੂੰ ਕੋਈ ਸਾਡੀਆਂ ਨਜ਼ਰਾਂ 'ਚ ਆ ਜਾਏ ਵੀ ਬੰਦਾ ਟੈਲੈਂਟ ਹੈ, ਉਹ ਆਪ ਪਹੁੰਚ ਜਾਈਦਾ, ਓਕੇ ਆਪ ਕਰ ਲਈਦਾ। ਪਰ ਕਈ ਵਾਰ ਪਤਾ ਨਹੀਂ ਹੁੰਦਾ, ਕੋਈ ਕਈ ਵਾਰ ਕਲਾਕਾਰ ਇਹੋ ਜਿਹੇ ਹੈ ਵਿਚਾਰੇ ਉਹਨਾਂ ਸਾਹਮਣੇ ਆ ਹੀ ਨਹੀਂ ਸਕੇ, ਕਿਸੇ ਵਜ੍ਹਾ ਕਰਕੇ ਨਹੀਂ ਆ ਸਕਦੇ, ਪਰ ਜਦੋਂ ਪਤਾ ਲੱਗ ਜਾਏ ਵੀ ਵਾਕਿਆ ਬੰਦਾ ਟੈਲੈਂਟ ਚੰਗਾ ਗਾਉਂਦਾ, ਪੂਰੀ ਸਪੋਰਟ ਕਰੀਦੀ ਭਾਜੀ। ਅੱਛਾ, ਇੱਕ ਜਿੰਨੇ ਵੀ ਰਾਈਟਰ ਨੇ ਜਿਹੜੇ, ਕਿਉਂਕਿ ਰਾਈਟਰ ਜਿਹੜਾ ਲਿਖਦਾ ਉਹ ਠੀਕ ਹੈ, ਉਹਦੇ ਕੋਲ ਉਹ ਕਲਾਕਾਰ ਕੋਲ ਜਾਂਦਾ ਅਤੇ ਕਲਾਕਾਰ ਉਹਨੂੰ ਚੂਜ਼ ਕਰਦਾ ਰਾਈਟ ਵੀ ਮੈਂ ਇਹ ਗਾਉਣਾ ਜਾਂ ਨਹੀਂ ਗਾਉਣਾ। ਹਾਂਜੀ, ਪਹਿਲਾਂ ਹੁੰਦੇ ਸੀ ਕਲਾਕਾਰ ਜਿਹੜੇ ਚੰਗਾ ਗਾਉਂਦੇ ਸੀ, ਸੱਭਿਅਕ ਗਾਉਂਦੇ ਸੀ, ਰਾਈਟ, ਹੁਣ ਬੰਦੂਕਾਂ, ਦਨਾਲੀਆਂ, ਨਸ਼ਾ, ਇਹ ਸਾਰਾ ਕੁਝ ਹੈ ਜਿਹੜਾ, ਜਾਂ ਵੱਡੀਆਂ ਗੱਡੀਆਂ, ਬਿਲਕੁਲ ਬਿਲਕੁਲ, ਇਹ ਸਾਰਾ ਕੁਝ ਇੱਕ ਸਿੰਗਰ ਦਾ ਜਾਂ ਇੱਕ ਗਾਣੇ ਦਾ ਇੱਕ ਹਿੱਸਾ ਹੋ ਗਿਆ। ਇਸ ਤੋਂ ਬਿਨਾਂ ਸਮਝਿਆ ਜਾਂਦਾ ਵੀ ਅਗਰ ਤੁਸੀਂ ਉਹਦੇ ਵਿੱਚ ਮਰਸਡੀਜ਼ ਜਾਂ ਰੋਲਸ ਰੋਇਸ ਨਹੀਂ ਦਿਖਾਉਂਦੇ ਤਾਂ ਤੁਹਾਡਾ ਗਾਣਾ ਜਿਹੜਾ ਉਹ ਸ਼ਾਇਦ ਜ਼ਿਆਦਾ ਵਧੀਆ ਨਹੀਂ ਹੋਊਗਾ। ਹਾਂਜੀ ਹਾਂਜੀ, ਪਰ ਪਹਿਲਾਂ ਅਜਿਹਾ ਨਹੀਂ ਸੀ, ਪਹਿਲਾਂ ਵੀ ਲੋਕ ਚੰਗਾ ਗਾਉਂਦੇ ਸੀ ਔਰ ਚੰਗਾ ਚੱਲਦੇ ਵੀ ਸੀ। ਤੁਸੀਂ ਕਿਸ ਤਰ੍ਹਾਂ ਦੇ ਕਲਾਕਾਰਾਂ ਨੂੰ ਇੱਥੇ ਲਿਆਉਣਾ ਪਸੰਦ ਕਰਦੇ ਹੋ, ਵੀ ਕੀ ਤੁਸੀਂ ਉਸ ਤਰ੍ਹਾਂ ਦੇ ਕਲਾਕਾਰਾਂ ਨੂੰ ਨਸ਼ੇ ਨੂੰ, ਜਾਂ ਤੁਸੀਂ ਇਹ ਦੇਖਦੇ ਹੋ ਵੀ ਤੁਹਾਡੀ ਪਬਲਿਕ ਉਹਦੀ ਡਿਮਾਂਡ ਕਰ ਰਹੀ ਹੈ, ਜਾਂ ਤੁਸੀਂ ਕਿਸ ਤਰ੍ਹਾਂ ਚੂਜ਼ ਕਰਦੇ ਹੋ ਫਿਰ ਉਹ? ਨਹੀਂ, ਸ਼ੇਰਪੁਰੀ ਸਾਹਿਬ ਦੇਖੋ ਜ਼ਮਾਨਾ ਤਾਂ ਜ਼ਰੂਰ ਚੇਂਜ ਹੋਇਆ ਜੀ, ਟਾਈਮ ਦੇ ਹਿਸਾਬ ਨਾਲ ਚੇਂਜ ਵੀ ਹੋ ਰਹੇ, ਆਰਟਿਸਟ ਵੀ ਹੋ ਰਹੀ, ਆਡੀਅੰਸ ਵੀ ਹੋ ਰਹੀ ਹੈ, ਪਰ ਸਾਡੀ ਜਿਹੜੀ ਕੋਸ਼ਿਸ਼ ਹੈ ਅਸੀਂ ਦੇ
ਉਹਨਾਂ ਕਲਾਕਾਰਾਂ ਨੂੰ ਹੀ ਪਿੱਕ ਕਰੀਦਾ ਜਿਹੜੇ ਕਿ ਸਾਡੇ ਕਲਚਰ ਨਾਲ ਅੱਜ ਤੱਕ ਵੀ ਜੁੜੇ ਹੈ, ਰਾਈਟ? ਓਕੇ। ਅਤੇ ਵਧੀਆ ਜਿਹੜੇ ਗਾਉਂਦੇ ਨੇ, ਵਧੀਆ ਆਪਣੇ ਹੀ ਕਲਚਰ ਬਾਰੇ ਲੋਕਾਂ ਨੂੰ ਸੁਣਾਉਂਦੇ ਨੇ, ਅਸੀਂ ਉਹਨਾਂ ਨਾਲ ਹੀ ਕੰਮ ਕੀਤਾ ਆਲਮੋਸਟ, ਰਾਈਟ? ਅਤੇ ਬਾਕੀ ਮਾਰਕੀਟ 'ਤੇ ਸਭ ਕੁਝ ਵੇਖਦਾ ਪਿਆ ਹੈ, ਅਤੇ ਮੈਂ ਵੇਖਦਾ ਤਾਂ ਇਹ ਗਾਉਂਦੇ ਲੋਕ ਤਾਂ ਹੀ ਹੈ ਜੇ ਵੇਖਦਾ ਪਿਆ ਹੈ, ਕਸੂਰ ਉਹਨਾਂ ਦਾ ਵੀ ਹੈਗਾ ਅਤੇ ਆਪਣੀ ਆਡੀਅੰਸ ਦਾ ਵੀ ਹੈ ਜਿਹੜੇ ਸੁਣਦੇ ਵਾਹ ਵਾਹ ਕਰਦੇ ਆ। ਨਹੀਂ ਪਰ ਆਡੀਅੰਸ ਤਾਂ ਸਰਤਾਜ ਨੂੰ ਵੀ ਸੁਣਦੀ ਹੈ। ਹਾਂ, ਆਡੀਅੰਸ ਨੂਰਾ ਸਿਸਟਰਸ ਨੂੰ ਵੀ ਸੁਣਦੀ ਹੈ, ਕਿਉਂਕਿ ਨੂਰਾ ਸਿਸਟਰਸ ਅਮਰੀਕਾ ਆਈਆਂ, ਮੇਰਾ ਖਿਆਲ ਵੀ ਉਹਨਾਂ ਦਾ ਸਾਰੇ ਸ਼ੋਅ ਸੀ ਜਿਹੜੇ ਉਹ ਸੋਲਡ ਆਊਟ ਸੀਗੇ। ਹਾਂਜੀ ਹਾਂਜੀ। ਗੁਰਦਾਸ ਮਾਨ ਨੂੰ ਸਟਿਲ ਸੁਣਿਆ ਜਾ ਰਿਹਾ, ਠੀਕ ਹੈ। ਹਾਂ, ਉਹ ਠੀਕ ਹੈ ਵੀ ਗੁਰਦਾਸ ਮਾਨ ਹੋਰੀ ਜਾਂ ਨੂਰਾ ਸਿਸਟਰਸ ਜਾਂ ਸਰਤਾਜ ਇਹ ਭੀੜ ਦੇ ਵਿੱਚ ਸ਼ਾਮਲ ਨਹੀਂ ਨੇ, ਉਹ ਇੱਕ ਅੱਛਾ ਸ਼ੋਅ ਕਰਨ ਦੀ ਕੋਸ਼ਿਸ਼ ਕਰਦੇ ਔਰ ਕਰਦੇ ਵੀ ਆ ਔਰ ਕਾਮਯਾਬ ਵੀ ਹੁੰਦੇ ਆ। ਸ਼ੋਅ ਵੀ ਉਹਨਾਂ ਦੇ ਕਾਮਯਾਬ ਹੁੰਦੇ ਨਾ, ਸਕਸੈਸਫੁਲ ਉਹਨਾਂ ਦੇ ਜਾਂਦੇ, ਬਾਕੀ ਉਹ ਸ਼ੋਆਂ ਦੇ ਮੋਸਟਲੀ ਖਰਾਬ ਹੁੰਦੇ, ਅੱਧ ਜੋ ਬੰਦ ਹੋ ਗਏ ਜੀ, ਲੜਾਈ ਹੋ ਗਈ, ਉਹ ਹੋ ਗਿਆ, ਉਹ ਹੋ ਗਿਆ। ਕੁਝ ਕਲਾਕਾਰ ਨੇ ਜਿਹੜਾ ਇੱਕ ਉਹ ਸਿੱਧੂ ਮੂਸੇ ਵਾਲਾ ਹੈ ਜਾਂ ਇੱਕ ਉਹ ਮਿੱਤਰਾਂ ਨੇ ਮੁੱਛ ਰੱਖੀ ਹੈ, ਰਿਮੈਂਬਰ ਹਿਸ ਨੇਮ, ਇੱਕ ਉਹ ਵੀ ਹੈ, ਅਤੇ ਈਵਨ ਕਿ ਜੇ ਜੀ ਵੀ ਮੈਂ ਸਮਝਦਾ ਵੀ ਉਹ ਇੱਕ ਚੰਗਾ ਕਲਾਕਾਰ ਹੈ, ਰਾਈਟ? ਉਹਦੀ ਜਿਹੜੀ ਆ ਫੈਨ ਫੋਲੋਇੰਗ ਅਤੇ ਆਡੀਅੰਸ ਉਹਦੀ ਹੈ, ਹਾਂਜੀ, ਬਟ ਉਸ ਨੂੰ ਵੀ ਮਜਬੂਰੀ ਬਸ ਕੀ ਕਹਿੰਦੇ ਨੇ ਇਹਨਾਂ ਕਲਾਕਾਰਾਂ ਦੇ ਨਾਲ ਆ ਕੇ, ਮਤਲਬ ਜਿਹੜਾ ਆਪਣਾ ਗ੍ਰਾਫ ਨੂੰ ਉਹਨੇ ਨੀਚੇ ਹੀ ਸੁੱਟਿਆ। ਸੋ ਉਹਦੇ ਲਈ ਕੀ ਜ਼ਿੰਮੇਵਾਰ ਸਮਝਦੇ ਹੋ ਵੀ ਕਿਹੜੀ ਚੀਜ਼ ਹੈ? ਕਿਉਂਕਿ ਇੱਕ ਜੈਜ਼ੀ ਵੀ ਇੱਕ ਅਤੇ ਉਹ ਮੁੱਛ ਵਾਲੇ ਗੱਭਰੂ ਦਾ ਅਤੇ ਔਰ ਇੱਕ ਉਹ ਕੁੜੀ ਦਾ ਉਹਦਾ ਗੀਤ ਆਇਆ ਸੀ, ਕੀ ਨਾਂ ਸੀ ਉਹਦਾ ਕੁੜੀ ਦਾ, ਜਿਹੜੀ ਜਿਹੜੇ ਸੀਗਾ ਉਹਦਾ ਪੀਜ਼ਾ ਹੱਟ 'ਤੇ ਵੇਟ ਕਰਦੀ, ਮੈਨੂੰ ਸੌਰੀ ਮੈਨੂੰ ਗਾਣਿਆਂ ਦਾ ਪਤਾ ਨਹੀਂ ਹੈ ਕਿਉਂਕਿ ਮੈਂ ਪੰਜਾਬੀ ਗਾਣੇ ਸੁਣਦਾ ਨਹੀਂ ਹਾਂ। ਮੈਂ ਖੜੀ ਵੇਟ, ਮੈਂ ਪੀਜ਼ਾ ਕਰਦੀ, ਪੀਜ਼ਾ ਹੱਟ 'ਤੇ ਵੇਟ ਕਰਦੀ ਹਾਂ, ਕੁਛ ਇੱਦਾਂ ਸਮਥਿੰਗ ਲਾਈਕ ਦੈਟ ਸੀਗਾ। ਕਈ ਗਾਣੇ ਆਉਂਦੇ, ਕਈ ਆਉਂਦੇ ਮਾਰਕੀਟ 'ਚ ਹੀ ਹੈ ਗਾਣੇ। ਹਾਂ, ਮਤਲਬ ਉਹਦੀ ਜਿਹੜੀ ਵਰਡਿੰਗ ਹੈ ਉਹ ਇੱਕ ਦੂਜੇ ਨੂੰ ਯੂਜ਼ ਕਰ ਰਹੇ ਆ। ਹਾਂਜੀ ਹਾਂਜੀ। ਪਰ ਮੈਂ ਹੈਰਾਨ ਹਾਂ ਵੀ ਪੰਜਾਬੀ ਹੈ ਜਿਹੜੇ ਉਸ ਨੂੰ ਅਸੈਪਟ ਕਰ ਰਹੇ ਆ। ਅਸੈਪਟ ਕਰ ਰਹੇ ਜੀ, ਸਾਰੇ ਅਸੈਪਟ ਕਰ ਰਹੇ ਆ, ਤੁਹਾਨੂੰ ਦੱਸਿਆ ਤਾਂ ਹੈ ਵੀ ਜੇ ਇਹ ਸਭ ਕੁਝ ਵੇਖਦਾ ਵੀ, ਅੱਛਾ ਜੀ, ਇਹ ਜੇ ਸਭ ਕੁਝ ਵੇਖਦਾ ਪਿਆ ਨਾ ਮਾਰਕੀਟ ਦੇ ਵਿੱਚ, ਤਾਂ ਉਹ ਤਾਂ ਹੀ ਅੱਗੇ ਕਰਦੇ ਪਏ ਆ। ਜੇ ਮਾਰਕੀਟ ਨਾ ਉਹਨਾਂ ਨੂੰ ਸਪੋਰਟ ਕਰੇ ਤਾਂ ਆਪੇ ਨਾਲ ਕੋਈ ਕੰਮ ਹੋ ਜਾਇਆ ਕਰੇ। ਅੱਛਾ, ਤੁਸੀਂ ਸਮਝਦੇ ਵੀ ਜਿਹੜਾ ਹੁਣ ਇੱਕ ਐਕਟ ਬਣਾਇਆ ਉਹਨਾਂ ਨੇ ਪੰਜਾਬ ਦੇ ਵਿੱਚ ਵੀ ਉਹ ਫਿਲਟਰ ਕਰਕੇ ਚਲਾਉਣਗੇ ਗਾਣਿਆਂ ਨੂੰ ਪੰਜਾਬ ਸਰਕਾਰ, ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਹੈਲਪਫੁਲ ਹੋਊਗਾ? ਬਿਲਕੁਲ ਹੈਲਪਫੁਲ ਹੋਏਗਾ। ਤੇ ਪੰਜਾਬੀ ਬਾਹਰਲੇ ਪੰਜਾਬੀ ਉਹਦੇ ਵਿੱਚ ਕੀ ਯੋਗਦਾਨ ਪਾ ਸਕਦੇ ਆ? ਸਪੋਰਟ ਪ੍ਰੋਮੋਟਰ ਵਗੈਰਾ ਕੀ ਸਪੋਰਟ ਕਰ ਸਕਦੇ ਆ? ਆਲੇ ਸਾਰੇ ਪ੍ਰੋਮੋਟਰ ਕਰ ਰਹੇ ਸਪੋਰਟ, ਇਸ ਗੱਲ ਵੀ ਨਹੀਂ ਹੋਣਾ ਚਾਹੀਦਾ ਵੀ ਉਹਨੂੰ ਇਸ ਤਰ੍ਹਾਂ ਦਾ ਜਿਹੜਾ ਕਲਚਰ ਆ ਉਹ ਨਾ ਪ੍ਰਮੋਟ ਹੋਵੇ, ਨਾ ਪ੍ਰਮੋਟ ਹੋਵੇਗਾ। ਓਕੇ, ਕੀ ਤੁਸੀਂ ਕਦੇ ਧਾਰਮਿਕ ਪ੍ਰੋਗਰਾਮ, ਨਿਰੋਲ ਧਾਰਮਿਕ ਪ੍ਰੋਗਰਾਮ ਕਰਾਉਣ ਬਾਰੇ ਵੀ ਸੋਚਿਆ ਵੀ ਜਿਸ ਤਰ੍ਹਾਂ ਨਿਰੋਲ ਧਾਰਮਿਕ ਪ੍ਰੋਗਰਾਮ ਇੱਥੇ ਕਰਵਾਏ ਜਾਣ, ਕੁਛ ਇਸ ਤਰ੍ਹਾਂ ਦਾ ਵੀ ਹੈ? ਦੇਖੋ, ਉਹਦੇ ਸ਼ੇਰਪੁਰੀ ਸਾਹਿਬ ਅੱਜ ਤੱਕ ਕਦੀ ਮੌਕਾ ਹੀ ਨਹੀਂ ਮਿਲਿਆ, ਕਿਉਂਕਿ ਧਾਰਮਿਕ ਪ੍ਰੋਗਰਾਮ ਜਿਹੜੇ ਆਲਮੋਸਟ ਗੁਰਦੁਆਰਿਆਂ ਵਿੱਚ ਹੀ ਹੁੰਦੇ ਆ, ਬਾਹਰ ਕਿਤੇ ਬਹੁਤ ਘੱਟ ਅਰੇਂਜ ਹੁੰਦੇ ਆ। ਜੇ ਕਰਨ ਦੀ ਕੋਸ਼ਿਸ਼ ਵੀ ਕਰੋ ਤਾਂ ਉਹ ਪਹਿਲਾਂ ਕਹਿੰਦੇ ਜੀ ਗੁਰਦੁਆਰੇ ਪ੍ਰੋਗਰਾਮ ਕਰਾਂਗੇ, ਅਸੀਂ ਆਊਟਸਾਈਡ ਕਰਦੇ, ਆਊਟਸਾਈਡ ਪ੍ਰੋਗਰਾਮ ਨਹੀਂ ਕਰਨਾ, ਇਹ ਪੇਡ ਪ੍ਰੋਗਰਾਮ ਬਹੁਤ ਘੱਟ ਕਰਦੇ ਆ। ਇਸ ਕਰਕੇ ਨਾ ਕਦੀ ਹੋਇਆ ਨਹੀਂ, ਕਦੀ ਮੌਕਾ ਲੱਗਾ ਨਹੀਂ। ਬਾਕੀ ਜੇ ਕਿਤੇ ਲੋੜ ਪਈ ਜਾਂ ਕਿਤੇ ਸਾਨੂੰ ਕਿਸੇ ਨੂੰ ਜੇ ਕੋਈ ਆਈ ਮਾਰਕੀਟ ਵਿੱਚ ਚਾਹੀਦਾ ਤਾਂ ਆਪਾਂ ਜ਼ਰੂਰ ਕਰਾਂਗੇ। ਕਦੇ ਕਦੇ ਇਹ ਵੀ ਸੋਚਿਆ ਵੀ ਅਸੀਂ ਕਦੇ ਫਿਲਮੀ ਕਲਾਕਾਰਾਂ ਨੂੰ ਬੁਲਾਈਏ ਜਾਂ ਇਸ ਤਰ੍ਹਾਂ ਦੀ ਪ੍ਰਮੋਸ਼ਨ ਵੀ ਕਰੀਏ? ਨਹੀਂ ਭਾਅ ਜੀ,
ਪੰਜਾਬੀ ਹੁਣ ਪੰਜਾਬੀ ਸਾਡੇ ਕਲਾਕਾਰ ਬਹੁਤ ਹੋ ਗਏ, ਪੰਜਾਬੀ ਫਿਲਮਾਂ ਬੜੀਆਂ ਬਣ ਲੱਗ, ਪੰਜਾਬੀ ਤੇ ਸਾਰੇ ਜਿਹੜੇ ਸਿੰਗਰ ਆ ਬਿਕਾਮ ਜਿਹੜੇ ਅੱਜ ਕੱਲ ਸਾਰੇ ਕਲਾਕਾਰ ਆ ਉਹ ਸਾਰੇ ਨਾ ਕੰਮ ਕਰਦੇ ਆ, ਉਹ ਤੇ ਵਧੀਆ। ਮੈਂ ਕਹਿ ਰਿਹਾ ਤੁਸੀਂ ਬਾਲੀਵੁੱਡ ਦੀ ਗੱਲ ਕਰਦੇ ਹੋ। ਨਹੀਂ 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 ਬਾਲੀਵੁੱਡ ਦੀ ਨਹੀਂ, ਮੈਂ ਪੰਜਾਬੀ ਇੰਡਸਟਰੀ ਦੀ ਗੱਲ ਕਰਦੇ ਆ ਆਪਾਂ। ਅੱਛਾ ਤੁਸੀਂ ਉਹਨਾਂ ਨੂੰ ਤੁਸੀਂ ਕੀ ਹੁਣ ਸਭ ਤੋਂ ਜਿਹੜਾ ਅੱਛਾ ਐਕਸਪੀਰੀਅੰਸ ਤੁਹਾਡਾ ਰਿਹਾ ਉਹ ਕਿਸ ਕਲਾਕਾਰ ਨਾਲ ਰਿਹਾ? ਭਾਜੀ ਮੇਰੇ ਤੇ ਸਾਰਿਆਂ ਨਾਲ ਵਧੀਆ ਕਲਾਕਾਰ, ਦੈਟਸ ਅ ਡਿਪਲੋਮੈਟਿਕ ਆਨਸਰ। ਨਾ ਨਾ ਨਾ, ਪਰ ਜਿੰਨਿਆਂ ਨੇ ਆਪਣਾ ਕੰਮ ਕੀਤਾ ਸਾਰੇ ਹੀ ਆਰਟਿਸਟ ਆ ਨਾ, ਮੇਰਾ ਬਹੁਤ ਵਧੀਆ ਕੰਮ ਬਹੁਤ ਵਧੀਆ ਰਿਹਾ, ਕਿਸੇ ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ। ਓਕੇ, ਆਉਣ ਵਾਲੇ ਜਿਹੜੇ ਤੁਹਾਡੇ ਪ੍ਰੋਜੈਕਟ ਨੇ, ਆਉਣ ਵਾਲੇ ਪ੍ਰੋਜੈਕਟਾਂ ਦੇ ਵਿੱਚ ਕੀ ਤੁਸੀਂ ਕੁਝ ਨਵਾਂ ਲੈ ਕੇ ਆ ਰਹੇ ਹੋ ਜਾਂ ਇਸ ਸਾਲ ਕੋਈ ਸ਼ੋਅ ਕਰਵਾਉਣ ਦੀ ਉਹ ਕਰ ਰਹੇ ਹੋ? ਹਾਂਜੀ ਭਾਅ ਜੀ, ਅਸੀਂ ਐਤਕੀ ਨਵਾਂ ਗਰੁੱਪ ਲੈ ਕੇ ਆ ਰਹੇ ਹਾਂ ਟੂਰ ਪੂਰਾ ਆਲ ਓਵਰ ਅਮੈਰੀਕਾ ਦਾ, ਅਤੇ ਉਹ ਮਈ ਜੂਨ 'ਚ ਸ਼ੁਰੂ ਹੋਣਾ। ਮੈਂ ਅਤੇ ਮੇਰਾ ਪਾਰਟਨਰ ਹੈ ਬਿੱਟੂ ਭੁੱਲਰ ਜੀ। ਓਕੇ, ਅਤੇ ਉਹ ਆਪਾਂ ਇਕੱਠੇ ਕਰਾ ਰਹੇ ਹਾਂ, ਅਤੇ ਉਹਦੇ ਵਿੱਚ ਸਾਡੇ ਆਰਟਿਸਟ ਨੇ ਕੁਲਵਿੰਦਰ ਬਿੱਲਾ ਜੀ, ਰਾਜਵੀਰ ਜਵਿੰਦਾ, ਨਿਮਰਤ ਖਹਿਰਾ ਅਤੇ ਸ਼ਿਵਜੋਤ ਅਤੇ ਰੁਪਾਲੀ। ਇਹ ਸਾਰਾ ਟੂਰ ਜਿਹੜਾ ਡੇਢ ਮਹੀਨੇ ਦਾ ਆਲ ਓਵਰ ਅਮੈਰੀਕਾ ਸ਼ੋਅ ਹੋਣਗੇ, ਮਲਟੀਪਲ ਸ਼ੋਅ ਹੈ ਜਿੰਨੇ ਵੀ ਹੈਗੇ ਆ, ਅਤੇ ਹੋਪਫੁਲੀ ਆਪਣੇ ਟਾਊਨ ਦੇ ਵਿੱਚ ਆਪਾਂ ਫਿਰ ਉਹੀ ਤੁਹਾਨੂੰ ਪਹਿਲਾਂ ਦੱਸਿਆ ਵੀ ਆਪਾਂ ਫ੍ਰੀ ਮੇਲਾ ਕਰਾਵਾਂਗੇ। ਓਕੇ, ਅੱਛਾ ਉਸ ਦੇ ਵਿੱਚ ਸ਼ੋਅ ਦੀ ਕੋਈ ਰੂਪ ਰੇਖਾ ਬਦਲਣ ਲਈ ਕੁਝ ਅਜਿਹਾ ਵੀ ਹੈ ਵੀ ਜਿਸ ਤਰ੍ਹਾਂ ਕੋਈ ਮੁਕਾਬਲਾ ਥੋੜ੍ਹਾ ਜਿਹਾ ਇੱਥੇ ਕਰਵਾਇਆ ਜਾਵੇ ਜਾਂ ਕੋਈ ਭੰਗੜੇ ਦੇ ਜਾਂ ਕੁਛ ਗਿੱਧੇ ਦੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹੁੰਦੇ ਸੀ ਵੀ ਉਸ ਤਰ੍ਹਾਂ ਟੀਮਾਂ ਨੂੰ ਪ੍ਰਮੋਟ ਕਰਨ ਲਈ ਵੀ ਤਾਂ ਜੋ ਜਿਹੜੇ ਬੱਚੇ ਆ ਐਟਲੀਸਟ ਡਿਸਕੋ ਦੇ ਵਿੱਚ ਜਾਣ ਦੀ ਬਜਾਏ ਕਿਤੇ ਸਾਡੇ ਇਸ ਵੱਲ ਨੂੰ ਤੁਰ ਪੈਣ? ਹਰ ਸਾਲ ਹੀ ਐਡ ਕਰੀਦਾ ਜੀ, ਕਾਲਾਂ ਕਰ ਕਰਕੇ ਅਸੀਂ ਕਹੀਦਾ ਪਾਰਟੀਸਪੇਟ ਕਰੋ ਬੱਚਿਆਂ ਨੂੰ ਵੀ, ਭੰਗੜੇ ਦੀਆਂ ਟੀਮਾਂ ਲੈ ਕੇ ਆਓ, ਗਿੱਧੇ ਦੀਆਂ ਲੈ ਕੇ ਆਓ। ਤੁਸੀਂ ਕਰਦੇ ਹੋ? ਕਰਦੇ ਹਾਂ ਹਾਂਜੀ, ਲੈ ਕੇ ਆਉਂਦੇ ਹਾਂ ਹਰ ਵਾਰੀ ਨਾਲ, ਇੱਥੇ ਜਿੰਨੇ ਲੋਕਲ ਹੁੰਦੇ ਆ। ਓਕੇ, ਆਪਾਂ ਉਹਨਾਂ ਨੂੰ ਮੌਕਾ ਦੇਈਦਾ ਤੁਸੀਂ ਲੈ ਕੇ ਆਓ, ਅਤੇ ਆਪਾਂ ਕਰਦੇ ਵੀ ਹਾਂ ਪਹਿਲਾਂ ਨਾਲ ਸ਼ੋਅ ਤੋਂ ਪਹਿਲਾਂ ਉਹਨਾਂ ਦਾ ਪ੍ਰੋਗਰਾਮ ਹੁੰਦਾ। ਓਕੇ ਹਾਂਜੀ, ਪੰਜਾਬ ਦੇ ਵਿੱਚ ਬਹੁਤ ਸਾਰੇ ਜਿਹੜੇ ਕਲਾਕਾਰ ਨੇ ਜਿਨ੍ਹਾਂ ਨੂੰ ਅਸੀਂ ਲੈਜੈਂਡਰੀ ਕਹਿੰਦੇ ਹਾਂ, ਜਿਹੜੇ ਹੁਣ ਪੁਰਾਣੇ ਕਲਾਕਾਰ ਹੋ ਗਏ। ਹਾਂਜੀ, ਲੇਕਿਨ ਜਦੋਂ ਵੀ ਪੰਜਾਬ ਇੱਥੋਂ ਵਿਦੇਸ਼ ਦੇ ਵਿੱਚ ਕਲਾਕਾਰ ਬੁਲਾਏ ਜਾਂਦੇ ਆ ਤਾਂ ਬੁਲਾਏ ਉਹੀ ਜਾਂਦੇ ਜਿਹੜੇ ਨਵੇਂ ਚੱਲ ਰਹੇ ਆ। ਹਾਂਜੀ, ਪੁਰਾਣਿਆਂ ਨੂੰ ਬੁਲਾਉਣ ਦਾ ਵੀ ਕੁਛ ਹੈ? ਪੁਰਾਣਿਆਂ ਨੂੰ ਵੀ ਬੁਲਾਈਦਾ ਜੀ। ਕਿਹਨੂੰ ਬੁਲਾਇਆ ਹੁਣ ਤੱਕ ਤੁਸੀਂ? ਪੁਰਾਣਿਆਂ ਨੂੰ ਬਹੁਤੇ ਆ, ਪੁਰਾਣਿਆਂ ਨੂੰ ਨਹੀਂ ਮਤਲਬ ਕਿ ਜਿਹੜੇ ਬਹੁਤ ਜ਼ਿਆਦਾ ਪੁਰਾਣੇ ਨੇ, ਪਰ ਨਹੀਂ ਪੁਰਾਣੇ ਦੀ ਪਰਿਭਾਸ਼ਾ ਹੁਣ ਆਪਾਂ ਇਹ ਵੀ ਨਹੀਂ ਲੈਂਦੇ ਵੀ ਜਿਹੜਾ 90 ਸਾਲ ਦਾ ਹੋ ਗਿਆ ਕਲਾਕਾਰ। ਲੇਕਿਨ ਮੁਹੰਮਦ ਸਦੀਕ ਸਾਹਿਬ ਤਾਂ ਹਾਲੇ ਤੱਕ ਕੀ ਉਹਨੇ ਮੇਰਾ ਖਿਆਲ ਠੀਕ ਉਸ ਦੇ ਵਿੱਚ ਨੇ, ਉਹਨਾਂ ਤੱਕ ਨਹੀਂ। ਮੈਂ ਜੀ ਹਜੇ ਮੇਰੇ ਨਾਲ ਮੈਂ ਨਹੀਂ ਕਦੀ ਉਹਨਾਂ ਨਾਲ ਕਦੇ ਡਿਮਾਂਡ ਨਹੀਂ ਆਉਂਦੀ ਇਸ ਤਰ੍ਹਾਂ ਦੀ? ਡਿਮਾਂਡ ਆਉਂਦੀ ਆ ਭਾਜੀ, ਕਈ ਵਾਰ ਆਉਂਦੀ ਆ ਡਿਮਾਂਡ ਵੀ ਤੁਸੀਂ ਇਸ ਤਰ੍ਹਾਂ ਦਾ ਪ੍ਰੋਗਰਾਮ ਕਰੋ, ਪਰ ਕੁਛ ਲੋਕਾਂ ਦਾ ਜਿਹੜਾ ਮਤਲਬ ਕਿ ਨਾ ਤੁਸੀਂ ਫਾਈਨੈਂਸ਼ੀਅਲ ਤੌਰ 'ਤੇ ਮਤਲਬ ਕਿ ਬਹੁਤ ਜ਼ਿਆਦਾ ਖਰਚਾ ਕਰਕੇ ਉਹ ਪੂਰਾ ਨਹੀਂ ਕਰ ਸਕਦੇ, ਕਿਉਂਕਿ ਉਹ ਯੂਥ ਦੇ ਸਿਰ ਤੇ ਚੱਲਣਾ। ਯੂਥ ਦੇ ਸਿਰ 'ਤੇ ਇੱਕ ਦੋ ਤੁਸੀਂ ਸ਼ੋਅ ਆਪਣੇ ਕਰਾ ਸਕਦੇ ਹੋ, ਪਰ ਜੇ ਤੁਸੀਂ ਕਹੋ ਵੀ ਬਹੁਤ ਜ਼ਿਆਦਾ, ਕਿਉਂਕਿ ਇਹ ਕੰਮ ਕਰਨੇ ਭਾਜੀ ਇੱਥੇ ਬਹੁਤ ਔਖੇ ਆ। ਮਲਟੀਪਲ ਸ਼ੋਅ ਮਲਟੀਪਲ ਕਲਾਕਾਰ ਬੁਲਾ ਕੇ ਹੀ ਇੱਕ ਅੱਛਾ ਸ਼ੋਅ ਬਣਦਾ ਹੈ ਜਾਂ ਇੱਕ ਸਿੰਗਰ ਬੁਲਾ ਕੇ ਵੀ ਅੱਛਾ ਸ਼ੋਅ ਹੋ ਸਕਦਾ? ਕੀ ਤਜਰਬਾ ਤੁਹਾਡਾ? ਮਲਟੀਪਲ ਮੇਰਾ ਜਿਹੜਾ ਆਪਣਾ ਤਜਰਬਾ ਉਹਦੇ ਮਲਟੀਪਲ ਕਲਾਕਾਰ ਜਿਹੜੇ ਹੈਗੇ ਆ ਵਧੀਆ।
ਉਹਨਾਂ ਨੂੰ ਹੀ ਬੁਲਾ ਕੇ ਸਾਰਿਆਂ ਦੀ ਚੋਇਸ ਹੋ ਜਾਂਦੀ, ਹਰੇਕ ਬੰਦੇ ਦੀ ਡਿਫਰੈਂਟ ਵੇ, ਸਾਰੇ ਖੁਸ਼ ਹੋ ਜਾਂਦੇ ਵੀ ਜਿੰਨੇ ਕੁ ਮਾਰਕੀਟ ਚੱਲ ਰਹੇ ਆ ਉਹਨੂੰ ਸਾਰਿਆਂ ਨੂੰ ਬੁਲਾ। ਹਾਂਜੀ ਹਾਂਜੀ, ਫਿਰ ਲੋਕ ਸਾਰੇ ਇਹੀ ਲਾਈਕ ਕਰਦੇ ਆ। ਓਕੇ ਚਲੋ ਲਾਡੀ ਬਾਜਵਾ ਜੀ, ਅਸੀਂ ਤੁਹਾਨੂੰ ਸ਼ੁਭ ਕਾਮਨਾਵਾਂ ਦਿੰਦੇ ਹਾਂ ਤੁਹਾਡੇ ਆਉਣ ਵਾਲੇ ਸ਼ੋਜ਼ ਲਈ ਅਤੇ ਤੁਹਾਡੇ ਕੰਮ ਲਈ। ਪਰਮਾਤਮਾ ਕਰੇ ਵੀ ਤੁਸੀਂ ਇਸੇ ਤਰ੍ਹਾਂ ਹੀ ਜਿਹੜਾ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦੇ ਰਹੋ ਅਤੇ ਅੱਗੇ ਨੂੰ ਅੱਛੇ ਅੱਛੇ ਕਲਾਕਾਰ ਲੈ ਕੇ ਆਓ ਅਤੇ ਚੰਗੇ ਜਿਹੜੇ ਆ ਪ੍ਰੋਗਰਾਮ ਕਰਵਾਓ। ਅਤੇ ਅਸੀਂ ਆਪਣੀ ਮੰਜ਼ਿਲ 'ਤੇ ਵੀ ਪਹੁੰਚ ਗਏ ਹਾਂ ਅਤੇ ਸਾਡਾ ਸਫ਼ਰ ਵੀ ਆ ਜਿਹੜਾ ਉਹ ਖਤਮ ਹੋ ਗਿਆ ਅਤੇ ਤੁਸੀਂ ਸਾਡੇ ਸ਼ੋਅ ਦੇ ਵਿੱਚ ਆਏ। ਮਹਾਰਾਜ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸ਼ੇਰਪੁਰੀ ਸਾਹਿਬ ਜੀ, ਤੁਸੀਂ ਸਾਨੂੰ ਇਹ ਇਸ ਕਾਬਲ ਸਮਝੇ ਆਪਣੇ ਸ਼ੋਅ ਵਿੱਚ ਲਿਆ। ਨਹੀਂ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਵੈਰੀ ਮੱਚ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।